ਬੀਤੇ ਦਿਨੀ ਪਏ ਮੀਂਹ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਡਰਾ ਦਿੱਤਾ ਹੈ, ਖਾਸ ਕਰਕੇ ਘੱਗਰ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ। ਜਿੱਥੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਘੱਗਰ ਦਰਿਆ ਦਾ ਪੱਧਰ 5 ਫੁੱਟ ਉੱਚਾ ਹੋ ਗਿਆ ਤੇ ਇਹ ਪੱਧਰ ਹਰ ਘੰਟੇ ਵਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ, ਕਿਉਂਕਿ ਪਿਛਲੇ ਸਾਲ ਪਏ ਮੀਂਹ ਨੇ ਪੰਜਾਬ 'ਚ ਭਾਰੀ ਨੁਕਸਾਨ ਕਰ ਦਿੱਤਾ ਸੀ, ਖਾਸ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ, ਜੋ ਕਿ ਪਾਣੀ ਕਾਰਨ ਖਰਾਬ ਹੋ ਗਈਆਂ ਸੀ ਤੇ ਪੂਰੀ ਜ਼ਮੀਨ ਦੇ ਵਿੱਚ ਗਾਰਾ ਹੋ ਗਿਆ ਸੀ। ਦੱਸਦੇ ਕਿ ਸੁਖਨਾ ਝੀਲ ਅਤੇ ਹਿਮਾਚਲ ਦੀਆਂ ਪਹਾੜੀਆਂ ਤੋਂ ਆਉਣ ਵਾਲਾ ਪਾਣੀ ਵੀ ਘੱਗਰ ਦਰਿਆ ਦੇ ਵਿੱਚ ਜਾਂਦਾ ਹੈ, ਜਿਸ ਕਰਕੇ ਇਸਦਾ ਪੱਧਰ ਉੱਚਾ ਹੁੰਦਾ ਜਾ ਰਿਹਾ ਤੇ ਇਹ ਪੱਧਰ ਸੰਗਰੂਰ ਦੇ ਵਿੱਚ ਨੋਟ ਕੀਤਾ ਗਿਆ, ਜਿੱਥੇ ਲੋਕਾਂ ਦੇ ਵਿੱਚ ਹੁਣ ਸਹਿਮ ਦਾ ਮਾਹੌਲ ਹੈ।